ਤੁਸੀਂ ਦੇਖ ਰਹੇ ਹੋ ਸੰਜਟ ਨਿਊਜ਼। ਮੈਂ ਹਾਂ ਭੁਪਿੰਦਰ ਸਿੰਘ, ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ, ਸਿਆਸਤ ਲੈ ਕੇ ਗੱਲਬਾਤ ਕਰਾਂਗੇ। ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਦੀ ਫੇਰੀ ਨੂੰ ਲੈ ਕੇ ਕੁਝ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ, ਅਤੇ ਨਾਲ ਹੀ ਆਮ ਆਦਮੀ ਪਾਰਟੀ ਦਾ ਇੱਕ ਨਾਮੀ ਚਿਹਰਾ, ਵੱਡਾ ਚਿਹਰਾ ਪਾਰਟੀ ਛੱਡ ਜਾਂਦਾ। ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਂਦੇ ਹਾਂ ਸਾਡੇ ਸੀਨੀਅਰ ਜਰਨਲਿਸਟ ਵਰਿੰਦਰ ਜੀ ਦਾ। ਵਰਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੁਪਿੰਦਰ ਜੀ। ਵਰਿੰਦਰ ਜੀ, ਗੱਲਬਾਤ ਸ਼ੁਰੂ ਕਰ ਲੈਂਦੇ ਹਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਕੀਤਾ ਜਾ ਰਿਹਾ ਸੀਗਾ। ਪਤਾ ਹੀ ਆ, ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ, ਲੋਕ ਸਭਾ ਚੋਣਾਂ ਲੈ ਕੇ ਪੰਜਾਬ ਦੇ ਵਿੱਚ 1 ਤਰੀਕ ਨੂੰ ਹੋਣ ਵਾਲੀਆਂ ਨੇ, ਅਤੇ ਇਸੇ ਚੋਣ ਪ੍ਰਚਾਰ ਦੇ ਦੌਰਾਨ ਉਹਨਾਂ ਦੇ ਵੱਲੋਂ ਆਪਣੇ ਨਾਲ ਜੋ ਗੱਲਾਂ ਹੋਈਆਂ ਨੇ ਜੇਲ੍ਹ ਦੇ ਵਿੱਚ, ਤਿਹਾੜ ਜੇਲ੍ਹ ਦੇ ਵਿੱਚ ਕੁਝ ਗੱਲਾਂ ਹੋਈਆਂ ਨੇ, ਉਹਨਾਂ ਨੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ ਅਤੇ ਕਿਹਾ ਹੈ ਕਿ ਤੋੜਨ ਦੀ ਬੜੀ ਕੋਸ਼ਿਸ਼ ਕੀਤੀ ਗਈ ਹੈ ਵਿਰੋਧੀਆਂ ਦੇ ਵੱਲੋਂ, ਮਤਲਬ ਕੁਛ ਇੱਦਾਂ ਦੀਆਂ ਗੱਲਬਾਤਾਂ ਕੀਤੀਆਂ ਗਈਆਂ ਨੇ। ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਗੱਲਾਂ ਨੂੰ, ਅਤੇ ਕੀ ਇਹਨਾਂ ਦੇ ਨਤੀਜੇ ਹੋ ਸਕਦੇ? ਦੇਖੋ, ਅੰਮ੍ਰਿਤਸਰ ਦੇ ਵਿੱਚ ਅਰਵਿੰਦ ਕੇਜਰੀਵਾਲ ਪਹੁੰਚੇ ਹੋਏ ਨੇ ਕੱਲ੍ਹ ਦੇ ਜੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ, ਉਸ ਤੋਂ ਬਾਅਦ ਬੈਠਕਾਂ ਦਾ ਦੌਰ ਜਾਰੀ, ਰੋਡ ਸ਼ੋ, ਰੈਲੀਆਂ, ਅਤੇ ਅੱਜ ਵੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਸੰਬੋਧਨ ਕਰ ਰਹੇ ਸੀ। ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਉਹਨਾਂ ਨੇ, ਬੀਜੇਪੀ ਨੂੰ ਖਾਸ ਤੌਰ 'ਤੇ, ਜਿਸ ਢੰਗ ਨਾਲ ਕੇਂਦਰ 'ਚ NDA ਸਰਕਾਰ ਹੈ, ਅਤੇ ਉਹਨਾਂ ਨੇ ਹਵਾਲਾ ਕੀ ਦਿੱਤਾ, ਹਵਾਲਾ ਦਿੱਤਾ ਪੁਤਿਨ ਦਾ ਜੀ, ਕਿ ਜਿਸ ਤਰੀਕੇ ਦੇ ਨਾਲ ਪੁਤਿਨ ਆਪਣੇ ਵਿਰੋਧੀਆਂ ਨੂੰ ਫੜ ਫੜ ਕੇ ਜੇਲ੍ਹਾਂ 'ਚ ਸੁੱਟਦਾ ਪਿਆ ਜਾਂ ਫਿਰ ਮਰਵਾ ਰਿਹਾ, ਉਸੇ ਤਰੀਕੇ ਦੇ ਨਾਲ ਉੱਥੇ ਰੂਸ ਦੇ ਵਿੱਚ ਉਸਨੇ ਜਦੋਂ ਕੋਈ ਵਿਰੋਧੀ ਨਹੀਂ ਰਹੇ ਅਤੇ ਉਸਨੂੰ 87% ਵੋਟਾਂ ਪਈਆਂ ਅਤੇ ਉਹ ਜਿੱਤ ਗਿਆ। ਔਰ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਉਹ ਹਵਾਲਾ ਦਿੱਤਾ, ਨਿਸ਼ਾਨਾ ਕਿਹਦੇ 'ਤੇ ਸਾਧਿਆ ਸਭ ਨੂੰ ਪਤਾ ਹੀ ਹੈ। ਹੁਣ ਜਿਸ ਢੰਗ ਨਾਲ ਅਰਵਿੰਦ ਕੇਜਰੀਵਾਲ ਨੇ ਗੱਲਾਂ ਬਾਤਾਂ ਦੇ ਦੌਰਾਨ ਆਪਣਾ ਜੇਲ੍ਹ ਦੇ ਵਿੱਚ ਜੋ ਕੁਝ ਉਹਨਾਂ ਨਾਲ ਹੋਇਆ ਉਹ ਗੱਲਬਾਤ ਕੀਤੀ ਹੈ, ਦੱਸਿਆ ਕਿ ਭਾਈ 24 ਘੰਟੇ 13 ਅਧਿਕਾਰੀ ਉਹਦੇ 'ਤੇ ਨਜ਼ਰ ਬਣਾ ਕੇ ਰੱਖਦੇ ਸੀ, CCTV ਕੈਮਰੇ ਲੱਗੇ ਸੀ, ਰਿਕਾਰਡਿੰਗ ਹੁੰਦੀ ਸੀ ਅਤੇ ਫੁਟੇਜ ਸਿੱਧੀ PM ਦਫ਼ਤਰ ਜਾਂਦੀ ਸੀ। ਅਰਵਿੰਦ ਕੇਜਰੀਵਾਲ ਨੇ ਕਿਹਾ ਬੜੀ ਤੋੜਨ ਦੀ ਕਹਿੰਦੇ ਕੋਸ਼ਿਸ਼ ਕੀਤੀ ਪਰ ਮੈਂ ਨਹੀਂ ਟੁੱਟਿਆ। ਇੰਸੂਲਿਨ ਦੀ ਗੱਲ ਵੀ ਕੀਤੀ ਕਿ ਇੰਸੂਲਿਨ ਦੀ ਲੋੜ ਸੀ ਪਰ ਉਹਨਾਂ ਨੂੰ ਇੰਸੂਲਿਨ ਜਿਹੜਾ ਹੈਗਾ ਉਹ ਨਹੀਂ ਲੈਣ ਦਿੱਤੀ ਗਈ, ਇੰਸੂਲਿਨ ਦੇ ਜਿਹੜੇ ਟੀਕੇ ਸੀ ਜਾਂ ਦਵਾਈ ਸੀ ਉਹਨਾਂ ਨੂੰ ਨਹੀਂ ਦਿੱਤੀ ਗਈ, ਕਿਉਂਕਿ ਪਿੱਛੇ ਜੀ ਵੀ ਚਰਚਾ ਛਿੜੀ ਸੀ ਕਿ ਉਹਨਾਂ ਨੂੰ ਜ਼ਰੂਰਤ ਹੈ, ਡਾਇਬਿਟਿਕ ਦੇ ਪੇਸ਼ੈਂਟ ਨੇ। ਸੋ ਇਹ ਸਭ ਚੀਜ਼ਾਂ ਜਿਹੜੀਆਂ ਉਹਨਾਂ ਨੇ ਵੱਲੋਂ ਦੱਸੀਆਂ ਗਈਆਂ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਭੁਪਿੰਦਰ ਜੀ, ਇੱਕ ਚੀਜ਼ ਜਿਹੜੀ ਆ ਉਹ ਕਾਬਲੇ ਗੌਰ ਹੈ ਕਿ ਜੇ ਆਪਾਂ ਤਿਹਾੜ ਜੇਲ੍ਹ ਦੀ ਗੱਲ ਕਰੀਏ ਅਤੇ ਜਿਸ ਵੇਲੇ ਪੰਜਾਬ ਸੀਗਾ, ਇਕੱਠਾ ਸੀ ਨਾ ਹਰਿਆਣਾ, ਹਿਮਾਚਲ ਅਤੇ ਇਹ ਜਿਹੜਾ ਪੰਜਾਬ ਆਪਣਾ ਇਕੱਠਾ ਹੀ ਹੁੰਦਾ ਸੀਗਾ, ਅਤੇ ਉਸ ਵੇਲੇ ਤਿਹਾੜ ਜੇਲ੍ਹ ਦਾ ਜਿਹੜਾ ਜਿੰਨੇ ਵੀ ਸਿਕਿਉਰਿਟੀ ਵਗੈਰਾ ਰਨ ਕੀਤੀ ਜਾਂਦੀ ਸੀ ਇਹ ਪੰਜਾਬ ਵੱਲੋਂ ਕੀਤੀ ਜਾਂਦੀ ਸੀ। ਫਿਰ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣ ਗਿਆ ਅਤੇ ਫਿਰ ਇਹ ਦਿੱਲੀ ਗਵਰਨਮੈਂਟ ਜਿਹੜੀ ਹੈ ਉਹਦੇ ਵੱਲੋਂ ਰਨ ਕੀਤੀ ਗਈ ਹੈ। ਮੁਲਾਜ਼ਮ ਜਿਹੜੇ ਨੇ ਤਿਹਾੜ ਜੇਲ੍ਹ ਦੇ ਇਹ ਦਿੱਲੀ ਗਵਰਨਮੈਂਟ ਦੇ ਅੰਡਰ ਆਉਂਦੇ ਨੇ। ਦੇਖੋ, ਦਿੱਲੀ ਜਿਹੜੀ ਹੈ UT ਸਟੇਟ ਹੈ, ਯੂਨੀਅਨ ਟੈਰੀਟਰੀ ਸਟੇਟ ਹੈ, ਪਤਾ ਦੱਸਦਾ ਅਕਸਰ ਮੈਂ ਗੱਲ ਕਰਦਾ ਕਿ UT ਜਿਹੜੀ ਹੁੰਦੀ ਹੈ ਇੱਕ ਸਟੇਟ ਹੁੰਦੀ ਹੈ, ਇੱਕ ਨੌਨ ਸਟੇਟ UT ਹੁੰਦੀ ਹੈ, ਦਿੱਲੀ ਸਟੇਟ UT ਹੈ।
ਦਿੱਲੀ ਦੇ ਵਿੱਚ ਸਰਕਾਰ ਤੇ ਜਿਹੜੀ ਹੈਗੀ ਆ ਉਹ ਸਟੇਟ ਗਵਰਨਮੈਂਟ ਦੀ ਆ, ਪਰ ਜਿਹੜੀ ਉੱਥੇ ਪੁਲਿਸ ਹੈ ਉਹ ਪੁਲਿਸ ਸੈਂਟਰ ਗਵਰਨਮੈਂਟ ਵੱਲੋਂ, ਉਹ ਸੈਂਟਰ ਗਵਰਨਮੈਂਟ ਦੀ ਹੈ, ਕੇਂਦਰ ਦੀ ਹੈ। ਪਰ ਜਿਹੜੀ ਜੇਲ੍ਹ ਪ੍ਰਸ਼ਾਸਨ ਹੈ, ਜੇਲ੍ਹ ਪ੍ਰਸ਼ਾਸਨ ਦੇਖੋ ਇਹਨਾਂ ਦਾ ਜਿਹੜੇ ਹੈਗੇ ਨੇ, ਇਹਨਾਂ ਦੇ ਦੋਸਤ ਅਰਵਿੰਦ ਕੇਜਰੀਵਾਲ ਦੇ, ਖਾਸ ਦਿੱਲੀ ਸਰਕਾਰ ਦੇ ਵਿੱਚ ਮਿਨਿਸਟਰ ਨੇ ਜਿਹੜੇ ਕੈਲਾਸ਼ ਗਹਿਲੋਤ, ਜਿਹਨਾਂ ਕੋਲ ਹੋਮ ਡਿਪਾਰਟਮੈਂਟ ਹੈ ਅਤੇ ਦੂਸਰੇ ਡਿਪਾਰਟਮੈਂਟ ਜਿਹੜੇ ਕਿਸੇ ਦੂਸਰੇ ਨੂੰ ਅਲਾਟ ਨਹੀਂ ਕੀਤੇ ਗਏ ਉਹ ਵੀ ਇਹਨਾਂ ਕੋਲ ਹੀ ਨੇ। ਅਤੇ ਜਿਸ ਤਰੀਕੇ ਦੇ ਨਾਲ ਇਹਨਾਂ ਕੋਲ ਲਾਅ, ਜਸਟਿਸ ਔਰ ਲੈਜਿਸਲੇਟਿਵ ਅਫੇਅਰਸ ਵੀ ਨੇ ਕੈਲਾਸ਼ ਗਹਿਲੋਤ ਕੋਲ, ਅਤੇ ਮਿਨਿਸਟਰ ਟੂ ਪ੍ਰਿਜ਼ਨਸ ਵੀ ਨੇ, ਜੇਲ੍ਹ ਮੰਤਰੀ ਵੀ ਨੇ। ਔਰ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਵੀ ਜੇਲ੍ਹ ਦਾ ਜਿਹੜੇ ਮੁਲਾਜ਼ਮ ਨੇ ਉਹ ਦਿੱਲੀ ਸਰਕਾਰ ਦੇ ਅਧੀਨ ਨੇ, ਜਿਹੜੇ ਉੱਥੇ ਮੇਨ ਨੇ ਡੀ ਜੀ, ਡਾਇਰੈਕਟਰ ਜਨਰਲ, ਉਹ ਆਈ ਪੀ ਐੱਸ ਸੀਨੀਅਰ ਆਈ ਪੀ ਐੱਸ ਅਫਸਰ ਨੇ, ਅਤੇ ਉਹ ਆਪਣੀ ਰਿਪੋਰਟਿੰਗ ਐੱਲ ਜੀ ਨੂੰ ਦਿੰਦੇ ਨੇ, ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ, ਲੈਫਟੀਨੈਂਟ ਜਿਹਨੂੰ ਕਹਿੰਦੇ ਨੇ, ਲੈਫਟੀਨੈਂਟ ਗਵਰਨਰ ਨੂੰ, ਲੈਫਟੀਨੈਂਟ ਗਵਰਨਰ ਨੂੰ। ਸੋ ਇਸ ਢੰਗ ਨਾਲ ਇਹ ਸਭ ਚੀਜ਼ਾਂ ਜਿਹੜੀਆਂ ਨੇ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਕਿ ਜੇ ਉੱਥੋਂ ਦੇ ਜਿਹੜੇ ਮੁਲਾਜ਼ਮ ਨੇ ਉਹ ਜਿਹੜੇ ਦਿੱਲੀ ਗਵਰਨਮੈਂਟ ਦੇ ਅੰਡਰ ਅਧੀਨ ਨੇ, ਅਤੇ ਕਿਸ ਢੰਗ ਨਾਲ ਉਹ ਇਹੋ ਜਿਹਾ ਵਤੀਰਾ ਜਿਹੜਾ ਹੈਗਾ। ਹੋ ਸਕਦਾ ਕਿ ਇਹ ਕੁਝ ਸਿਸਟਮ ਜਿਹੜਾ, ਕੁਝ ਚੀਜ਼ਾਂ ਹੋਣਗੀਆਂ ਕੇਂਦਰ ਸਰਕਾਰ ਦੇ ਅਧੀਨ ਹੋਣਗੀਆਂ ਜੀ, ਹੈ ਨਾ, ਪਰ ਇਹ ਸਭ ਚੀਜ਼ਾਂ ਵੀ ਬੜੀਆਂ ਧਿਆਨ ਰੱਖਣ ਯੋਗ ਨੇ। ਖੈਰ ਇਸ ਵੇਲੇ ਜਿਸ ਢੰਗ ਨਾਲ ਚੋਣਾਂ ਨੇੜੇ ਆਉਂਦੀਆਂ ਪਈਆਂ ਨੇ, ਆਹ ਤੁਸੀਂ ਦੇਖ ਲਓ ਕਿ ਅਰਵਿੰਦ ਕੇਜਰੀਵਾਲ ਦੇ ਘਰ ਜਿਹੜੀ ਸਵਾਤੀ ਮਾਲੀਵਾਲ ਦਾ ਵੀ ਜਿਹੜਾ ਮੁੱਦਾ, ਉੱਥੇ ਦੋਸ਼ ਲੱਗਾ ਸਵਾਤੀ ਮਾਲੀਵਾਲ ਨੇ। ਵਿਭਵ ਕੁਮਾਰ 'ਤੇ ਸਵੇਰ ਵੀ ਅਸੀਂ ਚਰਚਾ ਕੀਤੀ ਸੀ, ਅਤੇ ਕੱਲ੍ਹ ਵੀ ਬੀਤੇ ਦਿਨ ਵੀ ਗੱਲਬਾਤ ਕੀਤੀ ਸੀ ਕਿ ਸਵਾਤੀ ਮਾਲੀਵਾਲ ਨੇ ਦੋਸ਼ ਲਾਇਆ। ਖੈਰ ਹੁਣ ਤਾਂ ਵਿਭਵ ਕੁਮਾਰ ਦੇ ਉੱਤੇ FIR ਵੀ ਹੋ ਗਈ ਹੈ। ਹੁਣ ਇੱਕ ਨਵੀਂ ਵੀਡੀਓ ਵੀ ਸਾਹਮਣੇ ਆਈ ਹੈ, ਉਹਦੇ ਵਿੱਚ ਦੇਖਿਆ ਗਿਆ ਕਿ ਉਹ ਸਿਕਿਉਰਿਟੀ ਵਾਲੇ ਬੀਬੀ ਸਵਾਤੀ ਮਾਲੀਵਾਲ ਨਾਲ ਗੱਲਬਾਤ ਕਰ ਰਹੇ ਨੇ, ਅਤੇ ਇਹ ਗੱਲਬਾਤ ਦੇ ਦੌਰਾਨ ਉਹ ਹੰਬਲ ਤਰੀਕੇ ਨਾਲ ਗੱਲ ਕਰ ਰਹੇ ਨੇ, ਅਤੇ ਬੀਬੀ ਮਾਲੀ ਸਵਤ ਜਿਹੜੀ ਹੈਗੀ ਹੈ ਸਵਾਤੀ ਮਾਲੀਵਾਲ, ਇੱਕ ਸਿਕਿਉਰਿਟੀ ਵਾਲੇ ਨੂੰ ਤਾਂ ਕਹਿੰਦੇ ਨੇ ਗੰਜਾ ਜਿਹਾ, ਅਤੇ ਇਹੋ ਜਿਹੀਆਂ ਗੱਲਾਂ ਵੀ ਹੈਗੀਆਂ। ਉਹ ਕਹਿੰਦੀ ਵੀ ਮੈਂ ਪੁਲਿਸ ਥਾਣੇ ਜਾਊਂਗੀ, ਕਹਿੰਦੇ ਠੀਕ ਹੈ ਤੁਸੀਂ ਜਾਓ ਜੀ। ਉਹ ਹੋ ਸਕਦਾ, ਦੇਖੋ ਪਤਾ ਨਹੀਂ ਇਹ ਕੰਪਲੀਟ ਹੈ ਫੁਟੇਜ ਕਿ ਜਾਂ ਅੱਧੀ ਅਧੂਰੀ ਹੈ, ਜਾਂ ਇਹਨੂੰ ਕੱਟ ਲਾ ਕੇ ਪੇਸ਼ ਕੀਤਾ ਗਿਆ, ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਹੋ ਸਕਦਾ ਜਿਹੜੇ ਬੀਬੀ ਸਵਾਤੀ ਮਾਲੀਵਾਲ ਨੇ ਦੋਸ਼ ਲਾਏ ਨੇ ਉਹ ਫੁਟੇਜ ਜਿਹੜੀ ਹੈ ਉਹ ਮਿਲੀ ਹੋ, ਮਤਲਬ ਉਹ ਅਜੇ ਮਿਲਣੀ ਹੋਵੇ, ਬਾਕੀ ਰਹਿੰਦੀ ਹੋਵੇ, ਇਨਵੈਸਟੀਗੇਸ਼ਨ ਦਾ ਪਾਰਟ ਹੈ, ਉਹ ਸਾਹਮਣੇ ਨਹੀਂ ਆਈ ਜੀ। ਠੀਕ ਹੈ, ਹੁਣ ਇਹਦੇ ਵਿੱਚ ਬੀਬੀ ਸਵਾਤੀ ਮਾਲੀਵਾਲ ਨੇ ਲਾਇਆ ਕਿ ਜੇ ਮੇਰੇ ਜਿਸ ਢੰਗ ਨਾਲ ਬੜੇ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ, 5-7 ਮੁੱਕੇ ਮਾਰੇ ਆ, ਨਾਜ਼ੁਕ ਜਿਹੜੇ ਪਾਰਟਸ ਆ ਉੱਥੇ ਸੱਟਾਂ ਮਾਰੀਆਂ, ਪੈਲਵਿਕ 'ਤੇ ਹੋਰ ਮੁੱਕੇ ਮਾਰੇ ਆ, ਗਾਲੀ ਗਲੋਚ ਕੀਤਾ, ਇਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਕਹੀਆਂ ਗਈਆਂ ਨੇ। ਖੈਰ ਇਹ ਇਨਵੈਸਟੀਗੇਸ਼ਨ ਜਿਹੜੀ ਆ ਫਰਦਰ ਇਹਦੇ 'ਤੇ ਹੋਊਗੀ। ਦੇਖੋ ਨਿਰਮਲਾ ਸੀਤਾਰਮਨ ਹੋਰਾਂ ਨੇ ਵੀ ਇਸ ਮੁੱਦੇ ਨੂੰ ਲੈ ਕੇ ਗੱਲ ਕੀਤੀ ਕਿ ਜਿੱਥੇ ਜਿਹੜੀ ਬੀਬੀ ਮਾਲੀਵਾਲ ਹੈਗੀ ਹੈ, ਖੁਦ ਦਿੱਲੀ ਵੂਮੈਨ ਕਮਿਸ਼ਨ ਦੀ ਜਿਹੜੀ ਹੈ ਉਹ ਚੇਅਰਪਰਸਨ ਰਹਿ ਚੁੱਕੀ ਹੈ, ਅਤੇ ਜੇ ਉਹਦੇ ਨਾਲ ਜਿਹੜੀਆਂ ਅਹੁਦੇਦਾਰ ਜਿਹੜੀ ਐਡੀ ਵੱਡੀ ਚੇਅਰਪਰਸਨ ਜਿਹੜੀ ਬੀਬੀਆਂ ਦੇ ਨਾਲ ਧੱਕੇ ਨੂੰ ਲੈ ਕੇ ਬੀਬੀਆਂ ਨੂੰ ਨਿਆਂ ਦਵਾਉਂਦੀ ਹੈ, ਅਤੇ ਉਹਦੇ ਨਾਲ ਹੀ ਇਹੋ ਜਿਹਾ ਧੱਕਾ ਦੇਸ਼ ਦੇ ਵਿੱਚ ਹੋ ਜੇ, ਬੜੀ ਹੈਰਾਨ ਕਰਨ ਵਾਲੀ ਗੱਲ ਹੈ ਜੀ। ਸੋ ਇਹ ਸਭ ਚੀਜ਼ਾਂ ਨੇ ਫਿਲਹਾਲ ਜਿਹੜਾ, ਜੋ ਜਿੰਨੀ ਦੇਰ ਤੱਕ ਕੁਝ ਚੀਜ਼ਾਂ ਹੋਰ ਸਾਹਮਣੇ ਨਿਕਲ ਕੇ ਨਹੀਂ ਆਉਂਦੀਆਂ ਉਨੀ ਦੇਰ ਤੱਕ ਜਿਹੜਾ ਹੈਗਾ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿ ਕੀ ਇਹ ਮਾਮਲਾ ਕਿਸ ਰੁਕ ਜਾਏਗਾ। ਪਰ ਲੱਗਦਾ ਕਿ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਹੋਰ ਚੀਜ਼ਾਂ ਨਿਕਲ ਕੇ ਸਾਹਮਣੇ
ਆ ਸਕਦੀਆਂ ਨੇ। ਫਿਲਹਾਲ ਜਿਹੜਾ ਹੈਗਾ ਇਹ ਮਾਮਲਾ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ, ਖਾਸ ਤੌਰ 'ਤੇ ਜਿਹੜੀ ਵੀਡੀਓ ਸਾਹਮਣੇ ਆਈ ਹੈ ਉਹ ਬੜੀ ਹੈਰਾਨ ਕਰਨ ਵਾਲੀ ਹੈ। ਵਰਿੰਦਰ ਜੀ, ਪੰਜਾਬ ਦੇ ਵਿੱਚ ਸਿਆਸਤਦਾਨਾਂ ਦਾ ਇੱਧਰ ਉੱਧਰ ਜਾਣਾ ਲੱਗਿਆ ਹੋਇਆ, ਪਾਰਟੀਆਂ ਛੱਡ ਰਹੇ ਨੇ, ਪਾਰਟੀਆਂ ਜੁਆਇਨ ਕਰ ਰਹੇ ਨੇ, ਨਾਰਾਜ਼ਗੀ ਹੋ ਰਹੀ ਹੈ, ਟਿਕਟ ਨਹੀਂ ਮਿਲੀ, ਹੁਣ ਇੱਕ ਹੋਰ ਕਹਿ ਲਈਏ ਵੀ ਨਾਮੀ ਚਿਹਰਾ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਿਆ ਵਾ। ਆਮ ਆਦਮੀ ਪਾਰਟੀ ਦੇ ਨਾਮੀ ਚਿਹਰੇ ਨੇ, ਵੱਡੇ ਚਿਹਰੇ ਨੇ, ਉਹਨਾਂ ਨੇ ਪਾਰਟੀ ਛੱਡਤੀ ਆ ਅਤੇ ਪਾਰਟੀ ਛੱਡ ਕੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ, ਅਤੇ ਉਹਨਾਂ ਨੇ ਪਾਰਟੀ ਛੱਡੀ ਕਿਉਂ ਆ ਅਤੇ ਤੁਹਾਡਾ ਕੀ ਕਹਿਣਾ ਵਾ ਇਸ ਸ਼ਖਸ ਨੂੰ ਲੈ ਕੇ? ਦੇਖੋ, ਅੰਮ੍ਰਿਤਸਰ ਦਾ ਵਿਧਾਨ ਸਭਾ ਹਲਕਾ ਮਜੀਠਾ ਜੀ, ਮਜੀਠੀਏ ਦੇ ਨਾਲ ਨਾਲ ਬੜਾ ਮਸ਼ਹੂਰ ਹੈ, ਬਿਕਰਮਜੀਤ ਸਿੰਘ ਮਜੀਠੀਆ ਜੀ। ਵਿਧਾਨ ਸਭਾ ਇਹ ਹਲਕਾ, ਇੱਥੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜੀ, ਜਿਹੜਾ ਕਿਸ ਵੇਲੇ ਕਾਂਗਰਸ 'ਚ ਹੁੰਦਾ ਸੀ, ਜੇ ਆਪਾਂ ਇਹਨਾਂ ਦੀ ਗੱਲ ਕਰ ਲਈਏ ਤਾਂ ਇਹ ਵੀ ਬੜੇ ਉੱਥੇ ਮਜੀਠੀਏ ਹਲਕੇ ਦੇ ਵਿੱਚ ਚੰਗੀ ਪੈਠ ਹੈ, ਇਸ ਪਰਿਵਾਰ ਦੀ ਵੀ ਚੰਗੀ ਪਕੜ ਹੈ ਇਹਨਾਂ ਦੇ ਪਰਿਵਾਰ। ਜੇ ਮਜੀਠੀਆ ਪਰਿਵਾਰ ਨੂੰ ਸਿੱਧਾ ਸਿੱਧਾ ਕੋਈ ਟੱਕਰ ਦਿੰਦਾ ਨਾ ਬਿਕਰਮ ਮਜੀਠੀਆ ਨੂੰ ਤਾਂ ਇਹ ਪਰਿਵਾਰ ਜੀ। 2017 ਦੇ ਵਿੱਚ ਵੀ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜੀ ਵਿਧਾਨ ਸਭਾ ਦੀ ਚੋਣ ਲੜੀ ਸੀ, ਉਸ ਵੇਲੇ ਇਹ ਕਾਂਗਰਸ 'ਚ ਹੁੰਦਾ ਸੀ ਜੀ। ਉਸ ਵੇਲੇ ਟੱਕਰ ਦਿੱਤੀ ਸੀ, ਦੂਜੇ ਨੰਬਰ 'ਤੇ ਆਇਆ ਸੀ, ਪਹਿਲੇ ਨੰਬਰ 'ਤੇ ਬਿਕਰਮਜੀਤ ਸਿੰਘ ਮਜੀਠੀਆ ਜੇਤੂ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਦੇ, ਜਿਹੜੇ ਦੂਜੇ ਨੰਬਰ 'ਤੇ ਲਾਲੀ ਮਜੀਠੀ ਦੀ ਪੁਜੀਸ਼ਨ ਆਈ ਸੀ। ਫਿਰ ਇਸੇ ਤਰੀਕੇ ਨਾਲ 2022 ਦੇ ਵਿੱਚ ਜਿਸ ਵੇਲੇ ਪੂਰਾ ਇੱਕ ਸਮਝ ਲਓ ਕਿ ਪੂਰਾ ਮਾਹੌਲ ਬਣਿਆ ਸੀਗਾ ਆਮ ਆਦਮੀ ਪਾਰਟੀ ਦਾ, ਉਸ ਵੇਲੇ ਜਿਹੜੀ ਸੀਗੇ ਮਜੀਠੀਆ ਹੋਰਾਂ ਦੀ, ਬਿਕਰਮਜੀਤ ਮਜੀਠੀਆ ਦੀ ਜਿਹੜੀ ਧਰਮ ਪਤਨੀ ਬੀਬੀ ਗਨੀਬ ਕੌਰ ਮਜੀਠੀਆ, ਇਹ ਉਸ ਹਲਕੇ ਤੋਂ ਖੜੀ ਸੀ ਐੱਮ ਐੱਲ ਏ ਦੀ ਚੋਣ 'ਤੇ, ਮਜੀਠੀਆ ਹੋਰੀ ਨਹੀਂ ਸੀ ਖੜੀ ਉਸ ਵੇਲੇ ਉਸ ਇਸ ਹਲਕੇ 'ਚੋਂ, ਅਤੇ ਉਹ ਤੁਸੀਂ ਦੇਖ ਲਓ ਕਿ ਉਸ ਵੇਲੇ ਲਾਲੀ ਮਜੀਠੀਆ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਚੁੱਕੇ ਸੀ ਅਤੇ ਲਾਲੀ ਮਜੀਠੀਆ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ। ਉਸ ਵੇਲੇ ਬੀਬੀ ਗਨੀਬ ਕੌਰ ਮਜੀਠੀਆ ਜੀ ਜੇਤੂ ਹੋਈ ਸੀ ਇਸ ਹਲਕੇ ਤੋਂ, ਇਸ ਵੇਲੇ ਐੱਮ ਐੱਲ ਏ ਨੇ, ਔਰ ਜਿਹੜੇ ਲਾਲੀ ਮਜੀਠੀਆ ਇਦੋਂ ਵੀ 2022 ਦੇ ਵਿੱਚ ਵੀ ਦੂਸਰੀ ਪੁਜੀਸ਼ਨ ਆਈ ਸੀਗੀ ਲਾਲੀ ਮਜੀਠੀਆ, ਆਮ ਆਦਮੀ ਪਾਰਟੀ 'ਚ ਚਲੇ ਗਿਆ ਸੀ ਜੀ। ਸੋ ਜੇ ਦੇਖਿਆ ਜਾਵੇ ਨਾ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਦੀ ਚੰਗੀ ਪੈਠ ਹੈ ਉਸ ਹਲਕੇ ਦੇ ਵਿੱਚ, ਕਈ ਵਾਰੀ ਉਸ ਹਲਕੇ ਦੇ ਵਿੱਚ ਮੈਂ ਗਿਆ ਜਾਂਦਾ ਰਹਿੰਦਾ ਅਤੇ ਕਈ ਵਾਰੀ ਗੱਲ ਕਰਦਾ, ਲੋਕ ਮਤਲਬ ਇਸ ਮਜੀਠੀਆ ਕਹਿੰਦੇ ਜੀ ਸਾਡੇ ਏਰੀਏ 'ਚ ਡਿਵੈਲਪਮੈਂਟ ਕੀਤੀ ਹੈ ਬਿਕਰਮਜੀਤ ਸਿੰਘ ਮਜੀਠੀਆ ਨੇ, ਇਹ 'ਚ ਕੋਈ ਗੱਲ ਨਹੀਂ। ਔਰ ਦੇਖਿਆ ਜਾਵੇ ਨਾ ਜੀ 2007 'ਚ ਲਾ ਲਓ ਬਿਕਰਮਜੀਤ ਸਿੰਘ ਮਜੀਠੀਆ ਚੁਣੇ ਗਏ ਇਸ ਵਿਧਾਨ ਸਭਾ ਹਲਕੇ ਤੋਂ, 2012 'ਚ ਚੁਣੇ ਗਏ, 2017 'ਚ ਚੁਣੇ ਗਏ, 2022 'ਚ ਇਹਨਾਂ ਦੀ ਧਰਮ ਪਤਨੀ ਚੁਣੀ ਗਈ। ਸੋ ਕਾਫੀ ਪੈਠ ਇਸ ਪਰਿਵਾਰ ਦੀ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਦੀ ਹੈਗੀ ਆ। ਔਰ ਲਾਲੀ ਮਜੀਠੀਆ ਜਿਹੜੇ ਕਿ ਕਦੀ ਬਿਲਕੁਲ ਓਪੋਜਿਟ, ਮਤਲਬ ਕਿ ਇੱਕ ਦੂਜੇ ਦਾ ਪਰਛਾਵਾਂ ਵੀ ਸੀ ਲੰਘਣਾ ਪਸੰਦ ਨਹੀਂ ਸੀ ਕਰਦੇ ਜੀ, ਇਹ ਦੋਨੇ ਲਾਲੀ ਮਜੀਠੀਆ ਅਤੇ ਬਿਕਰਮ ਮਜੀਠੀਆ, ਅੱਜ ਦੋਨਾਂ ਆਗੂਆਂ ਦੇ ਵਿੱਚ ਦੋਨਾਂ ਆਗੂਆਂ ਨੇ ਆਪਸ 'ਚ ਜੱਫੀ ਪਾ ਲਈ ਹੈ, ਪ੍ਰੈਸ ਕਾਨਫਰੰਸ ਕੀਤੀ ਹੈ ਬਟਾਲੇ, ਬਟਾਲੇ ਜਾ ਕੇ ਇਹ ਦੋਵੇਂ ਜੋ ਕਦੀ ਸਿਆਸੀ ਦੁਸ਼ਮਣ, ਨਿੱਜੀ ਦੁਸ਼ਮਣ, ਸਿਆਸੀ ਦੁਸ਼ਮਣ ਆਪਾਂ ਜ਼ਰੂਰ ਕਹਾਂਗੇ ਕਿ ਸਿਆਸੀ ਦੁਸ਼ਮਣ ਸੀ, ਇੱਕ ਦੂਜੇ ਦਾ ਪਰਛਾਵਾਂ ਵੀ ਨਹੀਂ ਸੀ ਲੰਘਦੇ, ਅਤੇ ਅੱਜ ਬਟਾਲੇ ਦੇ ਵਿੱਚ ਦੋਨਾਂ ਨੇ ਗਲਵਕੜੀਆਂ ਪਾਲੀਆਂ ਨੇ, ਦੋਨੇ ਇਕੱਠੇ ਹੋ ਗਏ ਨੇ। ਲਾਲੀ ਮਜੀਠੀਏ ਨੇ ਸ਼੍ਰੋਮਣੀ ਅਕਾਲੀ ਦਲ
ਜਿਹੜੀ ਆ ਉਹ ਜੁਆਇਨ ਕਰ ਲਈ ਹੈ ਅੱਜ। ਦੱਸੋ ਇਹ ਜਿਹੜੀ ਪਿਰਤ ਹੈ, ਇਹ ਜਿਹੜਾ ਸਿਲਸਿਲਾ ਲਗਾਤਾਰ ਜਾ ਰਹੀ ਹੈ, ਅਤੇ ਮੈਂ ਪਹਿਲਾਂ ਵੀ ਕਈ ਵਾਰ ਇਸ ਮੁੱਦੇ 'ਤੇ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਭੁਪਿੰਦਰ ਜੀ ਇਹ ਜਿਹੜਾ ਸਿਲਸਿਲਾ ਨਾ ਪਤਾ ਨਹੀਂ ਇਸ ਵਾਰੀ ਕੀ ਹੋਇਆ, ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਪਿਰਤ ਨਵੀਂ ਪਈ ਹੈ ਔਰ ਜਿੰਨੀ ਦੇਰ ਤੱਕ ਚੋਣਾਂ ਨਹੀਂ ਨਾ ਹੁੰਦੀਆਂ ਇਹ ਸਿਲਸਿਲਾ ਮੈਨੂੰ ਲੱਗਦਾ ਉੰਨੀ ਦੇਰ ਤੱਕ ਚੱਲੀ ਜਾਣਾ। ਅੱਜ ਵੀ 17 ਤਰੀਕ ਹੋ ਗਈ ਹੈ ਅਤੇ ਕੁਝ ਦਿਨ ਮੈਨੂੰ ਲੱਗਦਾ 10 ਕੁ ਦਿਨ ਹੋਰ ਇਹ ਸਿਲਸਿਲਾ, ਤੁਹਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਖਬਰ ਆਈ ਰਹਿਣੀ ਹੈ ਕਿ ਲਓ ਜੀ ਇਹ ਬੰਦਾ ਇਸ ਪਾਰਟੀ 'ਚ ਸ਼ਾਮਿਲ ਹੋ ਗਿਆ ਅਤੇ ਇਹ ਬੰਦਾ ਇਸ ਪਾਰਟੀ 'ਚ ਸ਼ਾਮਿਲ ਹੋ ਗਿਆ। ਸੋ ਇਹ ਸਭ ਚੀਜ਼ਾਂ ਇਸ ਵੇਲੇ ਸਾਡੀ ਪੰਜਾਬ ਦੀ ਸਿਆਸਤ 'ਚ ਜਿਹੜੀਆਂ ਹੋ ਰਹੀਆਂ ਨੇ। ਬਾਕੀ ਜਿੱਥੋਂ ਤੱਕ ਗੱਲ ਹੈ ਉਹ ਗੱਲ ਕਰ ਰਹੇ ਸੀਗੇ ਆਪਾਂ ਪਹਿਲਾਂ ਵੀ ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ ਕੇਜਰੀਵਾਲ ਹੋਰਾਂ ਦਾ, ਇੱਕ ਚੀਜ਼ ਹੋਰ ਦੱਸਦਾ, ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਵਿੱਚ ਮੈਨੂੰ ਪੂਰਾ ਭਰੋਸਾ ਕਿ 13 ਦੀਆਂ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਜਿੱਤੂਗੀ। 2 ਤਰੀਕ ਨੂੰ ਕਹਿੰਦੇ ਮੈਂ ਚੱਲ ਜਾਣਾ ਵਾਪਸ ਜੇਲ੍ਹ ਦੇ ਵਿੱਚ ਅਤੇ ਉੱਥੇ ਬਹਿ ਕੇ TV ਦੇਖਾਂਗਾ, ਅਤੇ TV ਦੇ ਵਿੱਚ ਮੈਂ ਦੇਖਦਿਆਂ ਮੈਨੂੰ ਖੁਸ਼ੀ ਹੋਊਗੀ ਕਿ ਜਦੋਂ ਮੈਂ ਦੇਖਾਂਗਾ ਕਿ 13 ਦੀਆਂ 13 ਸੀਟਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਲਈਆਂ ਨੇ। ਬਾਕੀ ਭੁਪਿੰਦਰ ਜੀ ਇਹ ਤਾਂ ਸਮਾਂ ਹੀ ਦੱਸੂਗਾ, ਇਹ ਤਾਂ ਲੋਕ ਹੀ ਦੱਸਣਗੇ ਉਹ ਕਿੰਨੇ ਕੁ ਖੁਸ਼ ਨੇ, ਕਿਸ ਪਾਰਟੀ ਤੋਂ ਖੁਸ਼ ਨੇ, ਉਹ ਕਿੰਨੇ ਕੁ ਉਹਨਾਂ ਨਾਲ ਵਾਅਦੇ ਪੂਰੇ ਕੀਤੇ ਹੋਏ ਨੇ ਜਾਂ ਕਿੰਨੀ। ਇਹ ਤਾਂ ਜਨਤਾ ਜਨਾਰਦਨ ਨੇ 1 ਜੂਨ ਨੂੰ ਪੰਜਾਬ ਦੇ ਵਿੱਚ ਜਵਾਬਦੇਹੀ ਆਪਣੀ ਕਰਨੀ ਹੈ ਕਿ ਕਿਹੜੀ ਪਾਰਟੀ ਨੂੰ ਉਹ ਜਿਹੜੇ ਉਹ ਸਿਰ 'ਤੇ ਬਿਠਾਉਂਦੇ ਨੇ, ਕਿਹੜੀ ਪਾਰਟੀ ਨੂੰ ਅੱਗੇ ਕਰਦੇ ਨੇ ਅਤੇ ਕਿਹੜੇ ਕਿਹੜੇ ਆਗੂਆਂ ਨੂੰ ਪਾਰਲੀਮੈਂਟ ਦੇ ਵਿੱਚ ਜਿਤਾ ਕੇ ਭੇਜਦੇ ਨੇ। ਜੀ ਵਰਿੰਦਰ ਜੀ, ਸਿਆਸਤ ਦੇ ਨਾਲ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਸੀਨੀਅਰ ਜਰਨਲਿਸਟ ਵਰਿੰਦਰ ਜੀ, ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ। ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ, ਸ਼ੁਕਰੀਆ।